ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਪਤਾ ਨਹੀਂ ਹੁਣ ਜਿਸ ਵਕਤ ਤੱਕ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਏ ਤੇ ਜਿਹੜਾ ਦੰਗਲ ਜਾਰੀ ਸੀ ਇਸਲਾਮਾਬਾਦ ਹਾਈ ਕੋਰਟ ਸੁਪਰੀਮ ਕੋਰਟ ਬੰਦਿਆਲ ਔਰ ਇਸਲਾਮਾਬਾਦ ਹਾਈ ਕੋਰਟ ਦੇ ਦਰਮਿਆਨ ਨਿਆਜ਼ੀ ਦੀ ਜ਼ਮਾਨਤ ਦਾ ਜਿਹੜਾ ਦੰਗਲ ਜਾਰੀ ਸੀ ਉਹ ਪਤਾ ਨਹੀਂ ਖਤਮ ਹੋ ਚੁੱਕਿਆ ਹੈ ਕਿ ਨਹੀਂ ਪਤਾ ਨਹੀਂ ਹੁਣ ਤੱਕ ਉਹਦੀ ਜ਼ਮਾਨਤ ਹੋ ਚੁੱਕੀ ਹੈ ਜਾਂ ਨਹੀਂ ਇਹ ਅਸੀਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਕਾफी ਚੀਜ਼ਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਸੀ ਤੇ ਹੋ ਸਕਦਾ ਉਹਦੀ ਜ਼ਮਾਨਤ ਹੋ ਗਈ ਹੋਵੇ ਤੇ ਹੋ ਸਕਦਾ ਗੱਲ ਅਗਲੇ ਦਿਨ ਤੱਕ ਜਾ ਚੁੱਕੀ ਹੋਵੇ ਠੀਕ ਹੋ ਗਿਆ ਤੇ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ حاضر ਹੋਇਆ ਫੌਜ ਤੇ ਫੌਜ ਤੇ ਹਮਲਾ ਕੇਸ ਇਸ ਸਾਲ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੇਣਾ। ਫੌਜ ਤੇ ਹਮਲਾ ਕੇਸ ਨਿਆਜ਼ੀ ਦੀ ਗ੍ਰਿਫਤਾਰੀ ਦਾ ਹੁਕਮ। ਬੰਦੇ ਆਲ ਤੇਰੇ ਕੋਲ ਤਾਂ ਸਿਰਫ 24 ਦਿਨ ਰਹਿ ਗਏ ਨੇ ਤੇ ਇਸ ਮੁਲਕ ਨੇ ਤਾਂ ਕਿਆਮਤ ਰਹਿਣਾ। ਫੌਜ ਤੇ ਹਮਲਾ ਕੇਸ ਨਿਆਜ਼ੀ ਦੀ ਗ੍ਰਿਫਤਾਰੀ ਦਾ ਹੁਕਮ। ਬਹੁਤ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ। ਇਹ ਕਿਸ ਹੁਕਮ ਦਿੱਤਾ ਕੀ ਚੱਕਰੇ ਇਹ ਅਚਾਨਕ ਕੀ ਕੀ ਹੋ ਗਿਆ? ਮਿੱਠਾ ਜੀ ਤੇ ਬੜੀ ਧੀਰ ਦਾ ਕਹਿ ਰਹੇ ਸੀ ਕਿ ਕੀ ਕਰਦੇ ਫਿਰਦੇ ਯਾਰ ਖਿੱਚੋਸ ਹੋਗਾ ਬੋਕੀ ਖਿੱਚੋ ਇਹ ਜਕਦਮ ਬੋਕੀ ਕਿਨੇ ਖਿੱਚੀ ਇਹ ਦੱਸਦੇ ਆ ਨਵਾਸ਼ ਸ਼ਰੀਫ ਨੇ ਬੰਦਿਆਲ ਟੋਲੇ ਨੂੰ ਲਿੱਤਰ ਫੇਰ ਦਿੱਤੇ ਏਕ ਹੀ ਮਾਮਲਾ ਇਹ ਦੱਸਦੇ ਆ ਬੰਦਿਆਲ ਦੀ ਸੱਸ ਦਾ ਨੰਗਾ ਡਾਂਸ ਸੱਸ ਮਰਜਬੀਨ ਜਿਹੜੀ ਕਹਿੰਦੀ ਹੈ ਇਹ ਤੇ ਮੋਏ ਜਿਹੜੇ ਨੇ ਤੇ ਮਾਰਸ਼ਲਾ ਵੀ ਨਹੀਂ ਪਹਿ ਲਾਂਦੇ ਸਾਨੂੰ ਨਹੀਂ ਕਬੂਲ ਸ਼ਬਾਸ਼ ਸ਼ਰੀਫ ਨਾ 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 ਉਮਰ ਉਮਰ ਇਸ ਇਹਨੂੰ ਉਤਾਰ ਦਿਓ ਇਹਨੂੰ ਉਤਾਰ ਦਿਓ ਸਾਨੂੰ ਨਹੀਂ ਇਹਨੂੰ ਉਤਾਰ ਦਿਓ ਤੁਸੀਂ ਨੇ ਅਦਾਲਤ ਲਾ ਦੇ ਦਿੱਤੀ ਮੈਨੂੰ ਨਹੀਂ ਮਨਜ਼ੂਰ ਮੈਨੂੰ ইমরান ਖਾਨ ਚਾਹੀਦਾ ਮੈਂ ਉਹਦੇ ਨਾਲ ਰਲ ਕੇ ਜਿਹੜੀ ਪੂਰੀ ਖਿਚਣੀ ਆ ਉਹ ਮੈਂ ਕਿਸੇ ਨਾਲ ਨਹੀਂ ਖਿੱਚ ਸਕਦੀ 90 ਸਾਲਾਂ ਮਾਈ ਨੰਗਾ ਡਾਂਸ ਇਸرائیਲੀ ਮੋਰੇ ਬੇਨਕਾਬ ਇਹ ਤਿੰਨ ਚਾਰ ਖਬਰਾਂ ਨੇ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਗੋਸ਼ ਗੋਸ਼ਗੁਜ਼ਾਰ ਕਰਨੀਆਂ ਇੱਥੋਂ ਸ਼ੁਰੂ ਹੋ ਜਾਂਦੇ ਆ ਬੰਦੇ ਆਲ ਦੀ ਸਸਤਾ ਨੰਗਾ ਡਾਂਸ ਤੇ ਇਸرائیਲੀ ਮੋਰੇ ਬੇਨਕਾਬ ਸਪਰੀਮ ਕੋਰਟ ਦੇ ਵਿੱਚ ਜਿਸ ਦਿਨ ਦਾ ਇਹ ਗ੍ਰਫਤਾਰ ਕੀਤਾ ਹੈ ਇਹ ਇਹ ਬੰਦਿਆਲ ਦਾ ਜਵਾਈ ਅੰਦਾਜ਼ਾ ਲਾਓ ਸਹੁਰੇ ਦੀ ਉਮਰ 65 ਸਾਲ ਹੈ ਜਵਾਈ 74 ਸਾਲ ਦਾ ਅੱਗੇ ਅੱਗੇ ਯੁੱਥੀ ਅੱਗੇ ਅੱਗੇ ਖਾਸ ਤੌਰ ਤੇ ਯੂਰਪ ਬਰਤਾਨੀਆ ਅਮਰੀਕਾ ਦਾ ਗੰਦਾ ਯੁੱਥੀ ਅੱਗੇ ਆ ਜਾਏ ਸੱਸਰ ਦੀ ਉਮਰ ਪੈਂਥੇ ਇਹ ਜਵਾਈ 74 ਸਾਲ ਦਾ ਤੇ ਜਵਾਈ ਨੇ ਅੱਗੋਂ ਮੁੜੇ ਰਖੇ ਨੇ ਲੇਕਿਨ ਸੁਸਰ ਨੂੰ ਕਬੂਲ ਹੈ ਸਾਰਾ ਕੁਝ ਮੁਹੱਬਤ ਇੰਨੀ ਹੈ ਬੰਦਿਆਲ ਦੀ ਸੱਸ ਦਾ ਨੰਗਾ ਡਾਂਸ ਔਰ ਸੁਪਰੀਮ ਕੋਰਟ ਦੇ ਵਿੱਚ ਇਸرائیਲੀ ਮੋਰੇ ਬੇਨਕਾਬ ਜਿਸ ਦਿਨ ਦਾ ਗ੍ਰਿਫਤਾਰ ਕੀਤਾ ਹੈ ਉਸ ਦਿਨ ਦਾ ਇਹ ਬੰਦਿਆਲ ਨੂੰ ਮੁਜ਼ਾਹਰ ਨਕਵੀ ਨੂੰ ਇਸ ਤਰ੍ਹਾਂ ਦੇ ਇੱਕ ਤੋਂ ਹੋਰ ਜੱਜ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸਕੂਨ ਨਹੀਂ ਲੱਗਦਾ ਫਾਕੇ ਹੋ ਗਏ ਨੇ ਹਾਂਡੀਆਂ ਪਕੜੀਆਂ ਬੰਦ ਹੋ ਗਈਆਂ ਰੋਟੀ ਹਾਂਡੀ ਬੰਦ ਹੋ ਗਈ ਠੋਕਾ ਠਕਾਈ ਵੀ ਬੰਦ ਹੋ ਗਈ ਹੋਣੀ ਹੈ ਮਾਈਆਂ ਤੇ ਕੁੜੀਆਂ ਅੰਦਰ ਜੜੀਆਂ ਨੇ ਘਾਰਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਉੱਥੋਂ ਲੈਂਡ ਯੂਥ ਇਹ ਸਟਾન્ડ ਜਾਂਦੀਆਂ ਹੁੰਦੇ ਸੀ ਜ਼ਮਾਨ ਪਾਰਕ 'ਚ ਉਹ ਸਾਰੇ ਖਾਤੇ ਕੋਲ ਹੋ ਗਏ ਕਿੱਥੇ ਉਹ ਵੈਸ਼ੀ ਜਿਹੜੇ ਬਜੋੜੀ ਅਫਗਾਨੀ ਉੱਥੇ ਹੁੰਦੇ ਸੀ ਉਹ ਉੱਤੇ ਚੜਦੇ ਸੀ ਇਹ ਜਦੋਂ ਜਾਂਦੀਆਂ ਸੀ ਫੁੱਲ ਜੜੀਆਂ ਤੇ ਚੜਦੇ ਸੀ ਉੱਤੇ ਤੇ ਖਾਂਦੇ ਸੀ ਫਲ ਫਰੂਟ ਤੇ ਇਹਨਾਂ ਨੂੰ ਆਉਂਦੇ ਸਨ ਸਵਾਦ ਤੇ ਉਹ ਤੇ ਹੁਣ ਸਾਰੇ ਨਸ ਨੁਸ ਗਾਇ ਤੇ ਗ੍ਰਿਫਤਾਰ ਹੋ ਗਏ ਕਈ ਤੇ ਇਹ ਮਾਈਆਂ ਹੋਣਾਂ ਦੀਆਂ ਨੇ ਕਿ ਉਹਨੂੰ ਰਿਆ ਕਰਾਓ ਤਾਂ ਕਿ ਦੁਬਾਰਾ ਮਹਿਫਲਾਂ ਲੱਗਣ ਜ਼ਮਾਨ ਪਾਰ ਕੇ ਚ ਦੁਬਾਰਾ ਬਜੋੜੀ ਆਉਣ ਕਿਉਂਕਿ ਜ਼ਰਾ ਜੰਗ ਜੂ ਟੈਪ ਹੁੰਦੇ ਨੇ ਦੁਬਾਰਾ ਆਉਣਗੇ ਤੇ ਸਾਡੀਆਂ ਬੋਕੀਆਂ ਫਿਲ ਕਰੰਦੇ ਫੁੱਲ ਕਰੰਦੇ ਕਿਉਂਕਿ ਹਮ ਸਲਾਮਾਬਾਦ ਇੱਥੇ ਸਾਰਾ ਮੰਮੀ ਡਾਡੀ ਮੁੰਡਾ ਉਹਨਾਂ ਕੋਲ ਕੀ ਹੈ ਬੋਕੀਆਂ ਫੁੱਲ ਹੋਣੀਆਂ ਨੇ ਐਵੇਂ ਗੱਲ ਇਹ ਨਾ ਮਿੱਠਾ ਜੀ ਅੱਗੇ ਅੱਗੇ ਅੱਛਾ ਇਹ ਆ ਜਨਾਬ ਹੁਣ ਹੁੰਦਾ ਐਂਜੇ ਵੇ લાલ ਹੀ અદાલત લાલ જવાય پیچھے માં જબેન ਜਿਹੜੀ ਉਹਨੇ ਨੰਗਾ ਡਾਂਸ ਸ਼ੁਰੂ ਕਰ ਦਿੱਤਾ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਨੂੰ ਤਾਂ ਕੋਠਾ ਬਣਾ ਦਿੱਤਾ ਤਾਂ ਹੀ ਤੇ ਅਸੀਂ ਦੁਨੀਆ ਦੇ ਆਖਰੀ ਨੰਬਰ ਤੇ ਪਹੁੰਚ ਚੁੱਕੇ ਹਾਂ ਜਿਸ ਦਿਨ ਦਾ ਇਹ ਬੰਦਿਆਲ ਟੋਲਾ ਤੇ ਉਸ ਤੋਂ ਪਹਿਨੋ ਖੋਸਾ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਸੀ ਮਤਲਬ ਕਿ ਨਾਈਜੀਰੀਆ ਤੋਂ ਵੀ ਥੱਲੇ ਤੇ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਜਿਹੜੇ ਜੇ ਵजूद ਵਿੱਚ ਵੀ ਨਹੀਂ ਆਏ ਉਹਨਾਂ ਤੋਂ ਵੀ ਥੱਲੇ ਉਹ ਜੰਗਲ ਦਾ ਜੰਗਲ ਦਾ ਵੀ ਕੋਈ ਕਾਨੂੰਨ ਹੁੰਦਾ ਲੇਕਿਨ ਪਾਕਿਸਤਾਨ ਦੀ ਸੁਪਰੀਮ ਕੋਰਟ ਨੂੰ ਜੰਗਲ ਤੇ ਕਾਨੂੰਨ ਤੋਂ ਵੀ ਥੱਲੇ ਸੁੱਟ ਦਿੱਤਾ ਤੇ ਆਖਰੀ ਨੰਬਰ ਤੇ ਆਸੀ ਇਹ ਉਹਨ ਬੰਦਿਆਲ ਦੀ ਸੱਸ ਜਿਹੜੀ ਹੈ ਡਾਂਸ ਕਰਦੀ ਰਹੀ ਆਪਣੇ ਜਵਾਈ ਆਸਤੇ ਅੱਗੇ ਉਹ ਨਿੱਕੇ ਨਿੱਕੇ ਜਿਹੜੇ ਵਕੀਲ ਨੇ ਟਿੰਨਾ ਨਿਕਲੀਆਂ ਉਹਨਾਂ ਦੀਆਂ ਨਿੱਕੇ ਨਿੱਕੇ ਸ਼ਰਾਬਾਂ ਪੀਤੀਆਂ ਹੁੰਦੀਆਂ ਸ਼ਰਾਬਾਂ ਪੀਤੀਆਂ ਹੁੰਦੀਆਂ ਨਿੱਕੇ ਨਿੱਕੇ ਕੱਦ ਨੇ ਟੈਣੇ ਵਕੀਲ ਇੱਥੇ ਗਲਾਸ ਰੱਖ ਕੇ ਤੇ ਡਾਂਸ ਵੀ ਕਰਦੇ ਨੇ ਠੀਕ ਹੈ ਨਾ ਸਮਝਣ ਵਾਲੇ ਸਮਝ ਗਏ ਨੇ ਬੰਦੇ ਆਲ ਦੀ ਸੱਸ ਡਾਂਸ ਕਰ ਰਹੀ ਏ ਵਕੀਲ ਟੈਣੇ ਵਕੀਲ ਜਿਹੜੇ ਨੇ ਉਹ ਉਹ ਗਾਣੇ गा ਰਿਆ ਨੇ ਵਿੱਚ ਤੇ ਬੰਦੇ ਆਲ ਜਿਹੜਾ ਤਬਲਾ ਵਜਾ ਰਿਆ ਬੈ ਕੇ ਸਾਹਮਣੇ ਤਬਲਾ ਵਜਾ ਰਿਆ ਮਜ਼ਹਰ ਨਕਵੀ ਨਾਲ ਕਿਉਂਕਿ ਜਵਾਈ ਦੀ ਰਿਹਾਈ ਜਿਹੜੀ ਉਹ ਕਰਾਣੀ ਠੀਕ ਹੋ ਗਿਆ ਤੇ ਇਹ ਉਹ ਮੋਰੇ ਨੇ ਜਿਹੜੇ ਬੇਨਕਾਬ ਹੋ ਚੁੱਕੇ ਨੇ ਇਸ ਵਕਤ ਸੁਪਰੀਮ ਕੋਰਟ ਦੇ ਵਿੱਚ ਦਨ ਕਿਨੇ ਰਹਿ ਗਏ ਨੇ 22 ਜਵੇਂ ਦਿਨ ਜਿਹੜੇ ਨੇ ਹਜੇ ਅਸੀਂ ਇਸ ਤਰ੍ਹਾਂ ਹੀ گزارਨੇ ਨੇ ਠੀਕ ਹੋ ਗਿਆ ਅਗਲੀ ਖਬਰ ਤੇ ਆਜੋ ਨਵਾਜ਼ ਸ਼ਰੀਫ ਨੇ ਬੰਦਿਆਲ ਟੋਲੇ ਨੂੰ ਲਿੱਤਰ ਫੇਰ ਦਿੱਤਾ ਨਵਾਜ਼ ਸ਼ਰੀਫ ਸਾਹਿਬ ਨੇ ਬੜੀ ਧੀਰ ਬਾਅਦ ਇਹ ਬਿਆਨ ਦਿੱਤਾ ਲੰਡਨ ਦੇ ਵਿੱਚ ਕਿ ਕੀ ਮਜ਼ਾਕ ਬਣਾ ਰੱਖਿਆ ਇਸ ਇਸ ਸੁਪਰੀਮ ਕੋਰਟ ਦਾ ਮਤਲਬ ਇਹ ਮਜ਼ਾਕ ਵੇਖੋ ਨਾ ਵੀ ਇੱਕ ਬੰਦਾ ਉਹ ਉਹਨੇ ਅਸਾਸੇ ਛੁਪਾਏ ਨੇ ਸਾਹਮਣੇ ਨਜ਼ਰ ਆ ਗਿਆ ਗੱਲ ਖਤਮ ਹੋ ਗਈ ਸੁਪਰੀਮ ਕੋਰਟ ਦਾ ਕੀ ਤੱਕ ਬਣਦਾ ਹੈ ਕਿ ਹਰ ਰੋਜ਼ ਅਦਾਲਤ ਲਾ ਕੇ ਬੈਠੀ ਹੋਵੇ ਨਵਾਰਸ਼ੀਫ ਨੇ ਕਿਹਾ ਬੈ ਤੁਹਾਡਾ ਇਹ ਕੰਮ ਹੈ ਕਿ ਆ ਤੁਸੀਂ ਤੁਹਾਡੇ ਮਨਸਬੇ ਜੋ ਤੁਸੀਂ ਕਰਦੇ ਹੋ ਮਤਲਬ ਹੈ ਉਸ ਆ ਕਿ ਕਿੱਥੋਂ ਕਿੱਥੋਂ ਛੁਪ ਇਹਨੂੰ ਤੁਸੀਂ ਬਚਾਓਗੇ ਇਸ ਆਪਣੇ ਜੁਆਈ ਨੂੰ ਕਿੱਥੋਂ ਕਿੱਥੋਂ ਬੰਦਿਆਲ ਨੂੰ ਮੀਆਂ ਨੇ ਕਿਹਾ ਕਿੱਥੋਂ ਕਿੱਥੋਂ ਤੂੰ ਇਹਨੂੰ ਬਚਾਏਂਗਾ ਤੂੰ ਇਹਨੂੰ ਤੋਸ਼ਾਖਾਨਾ ਚ ਬਚਾ ਲੇਂਗਾ ਅਮਰੀਕੀ ਖਾਤੇ ਚ ਬਚਾ ਲੇਂਗਾ ਫੌਜ ਦੇ ਹਮਲਿਆਂ ਤੋਂ ਬਚਾ ਲੇਗਾ ਜੈਲੀ ਨਕਾਇਜ਼ ਚੋਂ ਬਚਾ ਲੇਗਾ ਬੰਨਿਗਾਲਾ ਦੀ ਜੈਲੀ ਰਜਿਸਟਰੀ ਚੋਂ ਬਚਾ ਲੇਗਾ ਮਾਲਬ ਜੱਬਾਏ ਚੋਂ ਬਚਾ ਲੇਗਾ ਬਲੀਅਨ ਟਰੀ ਸੁਨਾਮੀ ਚੋਂ ਬਚਾ ਲੇਗਾ ਅਲ ਕਾਦਰ ਟਰਸਟੀ ਚੋਂ ਬਚਾ ਲੇਗਾ ਉਹ ਕਿੱਥੋਂ ਕਿੱਥੋਂ ਤੂੰ ਬਚਾਏਂਗਾ ਇਹਨੂੰ ਬੰਦਿਆਲ ਤੇਰੇ ਕੋਲ ਤੇ ਦਿਨ ਚ ਵੀ ਰਹਿਗੇ ਨੇ ਸਾਰੇ ਮਤਲਬ ਤੇ ਇੱਕ ਤੁਕ ਤੇਰਾ ਬੰਦਾ ਵੇ ਤੂੰ ਸੁਪਰੀਮ ਕੋਰਟ ਖੋਲ ਲਈਏ ਕਿ ਜੁਵਾਈ ਅੰਦਰ ਮਤਲਬ ਹੈ ਨਵਾਸ਼ੀਫ ਸਾਹਿਬ ਨੇ ਕਿਹਾ ਜੱਜ ਅਰਸ਼ਦ ਮਲਕ ਜਿਹੜਾ ਹੈ ਉਹ ਚੀਖ-ਚੀਖ ਕੇ ਕਹਿੰਦਾ ਰਿਹਾ ਕਿ ਮੇਰੀ ਸੰਗੀਤ ਨੋਂ ਰੱਖ ਕੇ ਜਿਹੜਾ ਮੈਂ ਮੈਂ ਨਵਾਸ਼ੀਫ ਨੂੰ ਫੈਸਲਾ ਦਿੱਤਾ ਬੰਦੀ ਨਹੀਂ ਸਜ਼ਾ ਫਿਰ ਇਹ ਵੀ ਕਿ ਜੱਜ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਫੈਸਲਾ ਬਰਕਰਾਰ ਰੱਖਿਆ ਕਦੀ ਸੁਣਿਆ ਕਦੀ ਹੈ ਤੁਸੀਂ ਜੱਜ ਨੂੰ ਨੌਕਰੀੋਂ ਕੱਢ ਦਿੱਤਾ ਤੇ ਫੈਸਲਾ ਬਰਕਰਾਰ ਰੱਖਿਆ ਖੋਸੇ ਰਾਂ ਤੁਸੀਂ ਜਿਹੜਾ ਅੰਦਾਜ਼ਾ ਲਾ ਲਓ ਬੱਕੇ ਸੱਤ ਤੱਕ ਗੱਲ ਜਿਹੜੀ ਵੀ ਤੇ ਮੀਆਂ ਨਵਾਸ਼ੀਫ ਨੇ ਕਿਹਾ ਕਿ ਇੱਕ ਇੱਕ ਪਾਈ ਦਾ ਹਿਸਾਬ ਇਹਦੇ ਕੋਲ ਲਿਆ ਜਾਏਗਾ ਇੱਕ ਇੱਕ ਜੁਰਮ ਜਿਹੜਾ ਇਸ ਨਿਆਜ਼ੀ ਨੇ ਕੀਤਾ ਉਹਦਾ ਹਿਸਾਬ ਇਹਨੂੰ ਦੇਣਾ ਪਏਗਾ ਇਹ ਬੰਦਿਆਲ ਔਰ ਇਹ ਟੋਲਾ ਇਹ ਪਾਕਿਸਤਾਨ ਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੇ ਇਹ ਮੀਆਂ ਨਵਾਸ਼ੀਫ ਨੇ ਕਿਹਾ ਕਿ ਮੈਂ ਸਲਾਮ ਪੇਸ਼ ਕਰਨਾ ਮੀਆਂ ਸਾਹਿਬ ਇਹ ਹੁਣ ਤੁਹਾਡਾ ਇੰਤਜ਼ਾਰ ਹੈ ਪੂਰੀ ਪੂਰੇ ਪਾਕਿਸਤਾਨ ਨੂੰ ਤੁਸੀਂ ਆਓ ਆ ਕੇ ਤੇ ਇਹ ਖਾਤਾ ਜਿਹੜਾ ਇੱਕ ਵਾਰ ਸਾਰਾ ਕਰਦੇ ਹੋ ਤੇ ਮੁਲਕ ਨੂੰ ਖੁਸ਼ਹਾਲੀ ਦੀ طرف ਲੈ ਕੇ ਚੱਲੋ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਨਵਾਜ਼ੀਬ ਕਹਿੰਦਾ ਵੇ ਤੂੰ ਬੰਦੇ ਆਲ ਕਿੱਥੋਂ ਕਿੱਥੋਂ ਬਚਾਏਗਾ ਇਹਨੂੰ ਗੱਲ ਵੀ ਠੀਕ ਹੈ ਵੇ ਕਿੱਥੋਂ ਕਿੱਥੋਂ ਬਚਾਏਗਾ ਤੂੰ ਸਮਝ ਦਿਓ ਕਿ ਨਹੀਂ ਤੁਸੀਂ ਵੇਖੋ ਭਈ ਉਹ ਤੇਰਾ ਕੰਮ ਹੈ ਕੁ ਸੁਪਰੀਮ ਕੋਰਟ ਲਾ ਕੇ ਬੈਠਾ ਇਸ ਇਸਲਾਮਾਬਾਦ ਹਾਈ ਕੋਰਟ ਚ ਕੇਸ ਚੱਲਦਾ ਪਿਆ ਜ਼ਮਾਨਤ ਦੀ ਦਰਹਾਸਤੇ ਉੱਥੇ ਜਿਰਾ ਹੋ ਰਹੀ ਏ ਤਰੀਖ ਪੈ ਰਹੀ ਏ ਆ ਰਹੇ ਨੇ ਜਾ ਰਹੇ ਨੇ ਹੋ ਜਾਏਗੀ ਜ਼ਮਾਨਤ ਕੀ ਮਤਲਬ ਤੰਗ ਕਰਦੀਆਂ ਕਰੋ ਤੰਗ ਕਰਦੀਆਂ ਨੇ ਜਿਹੜੀਆਂ ਪਵਾਂਦੀਆਂ ਸੀ ਯੂਥ ਇਜ਼ਮਾਨ ਪਾਰਕ ਚੋਂ ਕੁਕੜੀਆਂ ਉਹ ਤੰਗ ਕਰਦੀਆਂ ਨੇ ਬੰਦੇ ਆਲ ਸਾਹਿਬ ਹੈ ਅੱਛਾ ਜੀ ਸਾਲ ਦੀ ਸਭ ਤੋਂ ਵੱਡੀ ਖਬਰ ਮੈਂ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨ ਲੱਗਾ ਫੌਜ ਤੇ ਹਮਲਾ ਕੇਸ ਨਿਆਜ਼ੀ ਦੀ ਗ੍ਰਿਫਤਾਰੀ ਦਾ ਹੁਕਮ ਏਟੀਸੀ ਕੋਰਟ ਇਨੇ ਕੱਲ ਯਾਨੀ ਕਿ ਸ਼ਾਮ ਨੂੰ ਚੰਦ ਘੰਟੇ ਪਹਿਲੇ Imran Khan ਦੇ ਖਿਲਾਫ ਬਹੁਤ ਵੱਡਾ ਹੁਕਮ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਚੰਦ ਘੰਟੇ ਪਹਿਲੇ ਇਹ ATC ਕੋਰਟ ਜਿਹੜੀ ਇਨਸਦਾਦੇ دہشت گردੀ ਦੀ ਅਦਾਲਤ اسلامਾਬਾਦ ਦੀ ਉਹਨੇ Imran Khan ਦੇ ਖਿਲਾਫ ਬਹੁਤ ਵੱਡਾ ਹੁਕਮ ਜਾਰੀ ਕਰ ਦਿੱਤਾ ਔਰ ਉਸ ਹੁਕਮ ਦੇ ਵਿੱਚ ਲਿਖਿਆ ਕਿ Imran Khan ਨੂੰ ਜੇਲ੍ਹ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇ ਜੇਲ੍ਹ ਦੇ ਵਿੱਚੋਂ ਕਿਤੇ ਜੇਲ੍ਹ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਏ ਯਾਨੀ ਕਿ ਗ੍ਰਿਫਤਾਰੀ ਪਾਈ ਜਾਏ ਕਿਸ ਕੇਸੇ ਚ ਫੌਜ ਤੇ ਹਮਲੇ ਦੇ ਕੇਸ ਤੇ ਵਿੱਚ ਗ੍ਰਿਫਤਾਰੀ ਪਾਈ ਜਾਏ ਮਤਲਬ ਕੀ ਕਿ ਐਦੋਂ ਬੰਦੇ ਆਲ ਜ਼ਮਾਨਤ ਦਿੰਦਾ ਐਂਦਰੋਂ ਸਾਈਂ ਫੜ ਕੇ ਤੇ ਉਹ ਪਹ ਜਾਂਦੇ ਨਹੀਂ ਕਵੇਟਾ ਉਹ ਫਿਰ ਸਾਈਆਂ ਦੀ ਮਰਜ਼ੀ ਹੈ ਨਾ ਉਹ ਕਵੇਟਾ ਲੈ ਜਾਂ ਮਚ ਜੇਲ੍ਹ ਉਹ ਕਰਾਚੀ ਜਾਂ ਲੈ ਜਾਣ ਲਾਂਡੀ ਜੇਲ੍ਹ ਚ ਉਹ ਪਤਾ ਨਹੀਂ ਕਿੱਥੇ ਲੈ ਜਾਣਾਗਾ ਲੋਰਾ ਲਈ ਲੈ ਜਾਣਾ ਇਹ ਸਾਲ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਮੈਂ ਬਾਰ ਬਾਰ ਤੁਹਾਨੂੰ ਪਿੱਛੇ ਕਹਿ ਰਿਆ ਸੀ ਕਿ ਹਜੇ 9 ਮਈ ਦੇ ਹਮਲਿਆਂ ਦੇ ਵਿੱਚ ਨਿਆਜ਼ੀ ਨੂੰ ਨਹੀਂ ਛੇੜਿਆ ਜੀ ਆ ਅਮਰੀਕੀ ਖਾਤੀ ਜਾਣ ਨਹੀਂ ਪੈ ਛੜਦਾ ਇਹਦੇ ਚੋਂ ਇਹਨੂੰ 21 ਸਾਲ ਹੋ ਜਾਣੀ ਹੈ ਤੇ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਮੈਂ ਤੁਹਾਡੇ ਸਾਹਮਣੇ ਸਾਲ ਦੀ ਇਹ ਤੁਹਾਨੂੰ ਦੇ ਰਿਹਾ ਹਾਂ ਵੈ 80C ਦੀ ਜਿਹੜੀ ਅਦਾਲਤ ਹੈ ਉਹਨੇ ਹੁਕਮ ਜਾਰੀ ਕਰ ਦਿੱਤਾ ਹੈ ਚੰਦ ਘੰਟੇ ਪਹਿਲੇ ਕਿ ইমরান ਖਾਨ ਨੂੰ ਗ੍ਰਿਫਤਾਰ ਕੀਤਾ ਜਾਏ ਜੇਲ੍ਹ ਦੇ ਵਿੱਚ ਔਰ ਇਹਦੇ ਕੋਲ ਜੇਲ੍ਹ ਵਿੱਚ ਤਫਤੀਸ਼ ਕੀਤੀ ਜਾਏ ਔਰ ਇਹਦੀ ਗ੍ਰਿਫਤਾਰੀ ਡਾਲ ਦਿੱਤੀ ਜਾਏ ਗ੍ਰਿਫਤਾਰੀ ਡਾਲ ਦਿਓ ਖਾਤਾ ਹੀ ਖਤਮ ਕਰ ਦਿਓ ਬੰਦਿਆਲ ਔਰ ਸਾਸੂ ਮਾਂ ਦਾ ਕ੍ਰਸ਼ ਜਿਹੜਾ ਉਹ ਖਤਮ ਕਰ ਦਿਓ ਮਾਈਆਂ ਦੀ ਮੁਹੱਬਤ ਜਿਹੜੀ ਹੈ ਇਹ ਇਹ ਜੱਜਾਂ ਦੇ ਕਾਰਜ ਜਿਹੜੀਆਂ ਮਾਈਆਂ ਉਹਨਾਂ ਦੀ ਮੁਹੱਬਤ ਜ਼ਾਇਆ ਕਰ ਦਿਓ ਖਾਤਾ ਖਤਮ ਕਰ ਦਿਓ ਜਨਾਬ ਉਹਨਾਂ ਨੇ ਗ੍ਰਿਫਤਾਰੀ ਪਾਦ ਤਫਤੀਸ਼ ਸ਼ੁਰੂ ਕਰ ਦਿਓ ਔਰ ਇਹਨੂੰ ਜਨਾਬ ਖਿੱਚ ਤਰੋ ਦਿਓ ਇਹ ਹੁਣ 9 ਮਈ ਦੇ ਵਾਕਏ ਦਾ ਪਹਿਲੀ ਕਾਰਵਾਈ ਜਿਹੜੀ ਹੈ Imran Khan ਸਾਹਿਬ ਦੇ ਉੱਤੇ ਪੈ ਗਈ ਹੈ ਜਿਹਦਾ ਅਦਾਲਤ ਨੇ ਹੁਕਮ ਜਾਰੀ ਕਰ ਦਿੱਤਾ ਹੈ ਐਂਟੀ ਜਿਹੜੀ ਉਹ انسداد ਦੇ دہشت گردی ਦੀ ਅਦਾਲਤ ਹੈ ਉਹਨੇ ਹੁਕਮ ਜਾਰੀ ਕਰ ਦਿੱਤਾ ਹੈ ਪਹਿਲੀ ਦਫਾ ਕਿ ਇਹਨੂੰ ਜੇਲ੍ਹ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਏ ਜੇਲ੍ਹ ਦੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾਏ ਤੇ ਯਾਹੀ ਇਹਨੂੰ ਕਿਧਰੋਂ ਜ਼ਮਾਨਤ ਮਿਲਦੀ ਹੈ ਫੜ ਕੇ ਤੇ ਸਾਡੇ ਸਾਹਮਣੇ ਪੇਸ਼ ਕਰਕੇ ਤੇ ਰਿਮਾਂਡ ਲੈ ਕੇ 20 ਦਿਨਾਂ ਦਾ ਤੇ ਉਥਾਂ ਚਾੜਿਆ ਜਾ ਪਾੜਾਂ ਹਲ ਪਰ ਕੁਇਟਾ ਲੈ ਕੇ ਜਾਇਆ ਜਾ ਮੱਛ ਜੇਲ ਤੇ ਮਿਰਚੀਵਾੜ ਠੀਕ ਹੋ ਗਿਆ ਤੇ ਇਹ ਸਰਕਾਰ ਬੰਦਿਆਲ ਸਭ ਕਿੱਥੋਂ ਕਿੱਥੋਂ ਬਚਾਓਗੇ ਤੇ ਸ਼ਾਹ ਜੀ 16 ਤਰੀਕ ਬੰਦਿਆਲ ਨੇ ਰਿਟਾਇਰ ਹੋਣਾ ਤੇ 17 ਤਰੀਕ ਨੂੰ ਗ੍ਰਿਫਤਾਰ ਕਰਕੇ ਤੇ ਇਹਦੇ ਨਾਲ ਹੀ ਤੁਸੀਂ ਹੰਰਵਾੜ ਦੇਣਾ ਫੌਜ ਦੇ ਹਮਲਿਆਂ ਦੀ ਸਹੂਲਤਕਾਰੀ ਵਿੱਚ ਬਹੁਤ ਸ਼ੁਕਰੀਆ